ਜਿਹੜੀ ਫਿਰ ਚਰਨਪ੍ਰੀਤ ਨੇ ਉਹ ਕੁੜੀ ਕੁੱਟੀ ਕਿਤੇ ਕਾਲਜ ਚ, ਉਹ ਕਹਿੰਦੀ ਤੂੰ ਹੁੰਦੀ ਕੌਣ ਏ, ਮੇਰੇ ਲੱਕੀ ਨਾਲ ਇੱਕੋ ਲਿਮਕਾ ਚ ਦੋ ਸਟਰਾਂ ਪਾ ਕੇ ਪੀਣ ਵਾਲੀ। ਨਾਲੇ ਉਹਨੇ ਅਨਾਊਂਸ ਕਰਤਾ ਸੀ ਸਾਰੇ ਕਾਲਜ ਚ, ਕਹਿੰਦੀ ਖਬਰਦਾਰ ਅੱਜ ਤੋਂ ਬਾਅਦ ਜੇ ਕਿਸੇ ਨੇ ਮੇਰੇ ਲੱਕੀ ਤੇ ਅੱਖ ਰੱਖੀ। ਲਓ ਜੀ ਉਹ ਦਿਨ ਜਾਏ ਤੇ ਅੱਜ ਦਾ ਆਏ, ਅਸੀਂ ਸਾਰੀ ਕਾਲਜ ਦੀਆਂ ਕੁੜੀਆਂ ਦੇ ਵੀਰ ਜੀ ਹੋ ਗਏ। ਅੱਜ ਉਹੀ ਚਰਨਪ੍ਰੀਤ ਸਾਡੇ ਚਰਨ ਧੋ ਧੋ ਕੇ ਪੀਂਦੀ, ਭਾਵੇਂ ਚਰਨ ਕਿੰਨੇ ਮਿਲੇ ਕਿਉਂ ਨਾ ਹੋਣ। ਵੈਸੇ ਗੱਲ ਇੱਕ ਹੈ ਲੱਕੀ ਕਿ ਹੈ ਤੂੰ ਐਕਚੁਅਲੀ ਲੱਕੀ, ਪਰ ਮੈਂ ਅੱਜ ਕੱਲ੍ਹ ਏਦਾਂ ਦੀਆਂ ਨੇਕ ਬੀਵੀਆਂ ਕਿੱਥੇ ਮਿਲਦੀਆਂ। ਨਾ ਨਾ ਪਤਾ ਕਰ ਲਓ, ਜੇ ਕੋਈ ਲੱਭਦੀ ਹੋਵੇ ਤਾਂ ਲੈ ਆਓ। ਲੱਕੀ ਬਾਜੀ ਨੇ ਤਾਂ ਖੁਸ਼ ਹੋਣਾ ਹੀ, ਅਗਲੀ ਨੇ ਲਗਾਮਾਂ ਜੋ ਢਿੱਲੀਆਂ ਛੱਡੀਆਂ ਹੋਈਆਂ। ਵੈਸੇ ਨਾ ਲਾਲੇ ਡਾਰਲਿੰਗ, ਇਹ ਜਿਹੜੀਆਂ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਨਾ, ਇਹਨਾਂ ਨੂੰ ਕੋਈ ਮਤਲਬ ਮਿਟਾ ਨਹੀਂ ਸਕਦਾ, ਹੈ ਨਾ, ਕੋਈ ਨਹੀਂ ਬਦਲ ਸਕਦਾ। ਤੇਰੇ ਹੱਥ 'ਚ ਨਾ ਦੋ ਵਿਆਹ ਲਿਖੇ। ਕੀ ਜਬਲੀਆਂ ਮਾਰੀ ਜਾਂਦੇ ਹੋ, ਮੈਂ ਇੱਕ ਟਿਪੀਕਲ ਹਿੰਦੁਸਤਾਨੀ ਵਾਈਫ ਹੈ, ਜੇ ਮੈਂ ਇੱਕ ਵਾਰ ਲਾਵਾਂ ਲੈ ਲਈਆਂ ਬਸ ਉਹਦੇ ਹੋ ਗਏ, ਦੂਜੇ ਬਾਰੇ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦੀ। ਅਸ਼ਮਿਤਾ, ਮੈਂ ਤੇਰੇ ਬਿਨਾਂ ਕਿਸੇ ਬਾਰੇ ਨਹੀਂ ਸੋਚ ਸਕਦਾ। ਆਈ ਲਵ ਯੂ। ਹਾਏ ਰਮੇਸ਼, ਮੇਰੇ ਕੰਨ ਤਰਸ ਗਏ ਸੀ ਤੇਰੇ ਮੂੰਹੋਂ ਇਹ ਗੱਲ ਸੁਣਨ ਲਈ। ਤੂੰ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਪਿਆਰ ਹੈ, ਤੂੰ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ। ਮੇਰੇ ਵਿਆਹ ਤੇ ਆਇਆ ਨਾ ਨਿੱਕੀ ਦੇ, ਕੋਈ ਦੋਸਤੀ ਹੁੰਦੀ ਹੈ? ਜੇ ਤੇਰਾ ਗਾਲਾਂ ਦਾ ਸੈਸ਼ਨ ਮੁੱਕ ਗਿਆ ਤਾਂ ਇਹਨਾਂ ਸ਼ਰੀਫ ਬੰਦੇ ਨਾਲ ਮੈਨੂੰ ਇੰਟਰੋਡਿਊਸ ਤਾਂ ਕਰ ਦੇ। ਇਹ ਮੇਰੇ ਹਸਬੈਂਡ ਨੇ। ਦੋਵੇਂ ਸਟੂਪਿਡ, ਮੀਟ ਮਾਈ ਡਾਰਲਿੰਗ ਹਸਬੈਂਡ ਗੁਰਪ੍ਰੀਤ ਘੁੱਗੀ, ਅਰੇ ਸਾਡੇ ਫੈਮਿਲੀ ਫਰੈਂਡ ਨੇ ਲੱਕੀ ਪਾਜੀ।